صلى الله عليه وآله وسلم. لا إله إلا الله محمد رسول الله صلى الله عليه وسلم. بسم الله الرحمن الرحيم. اللهم صل على محمد وعلى آل محمد كما صليت على إبراهيم وعلى آل إبراهيم إنك حميد مجيد. ہاں جی، ناشتہ جانا فل پیا کھانے تو اچھو سر چاپ اور انڈا پروٹھا تو ایک ادا چال کر میں ناشتہ کرنے گیا جی نوش لگا ٹائم آیا وا پانی ماڑا پونا پیا کلو کیا کرنا پیا جب بھاری کو نہیں ماری سی تو ماری ہے ہلا ہلا ماشاء اللہ جناب دیہڑا ہے اج جمعہ فرائیڈے جمعۃ المبارک کا تاریخ ہے اج سات جون کا ٹمپریچر جناب اج رہا سی تقریباً 36-37 زیادہ گرمی نہیں ہونی جی پر دھوپا پھر بھی نہیں کھلنا ہونا ہوں سارا کچھ ہونے پھر کیا سکنا کیا ہونا ویور اج نہ باہر نہ ویو کوارٹر پاس 9 ہوئے گئے تو گھر نہ کچھ کم مکا ਅਤੇ ਕੁਝ ਅਜੇ ਰਹਿਣਾ ਹੁਣ ਜੁਲਿਆਂ ਵਾਸ਼ਿੰਗ ਮਸ਼ੀਨ ਲਾਉਣੀ ਕੋਈ ਕੱਪੜਿਆਂ ਨੂੰ ਜੋੜਿਆ 3-4 ਉਹ ਧੋਣੇ ਫਿਰ ਜੁੰਮੇ ਦੀ ਤਿਆਰੀ ਕਰ ਸਕਦੀ ਅੱਜ ਜੁੰਮਾ ਤੁਲ ਮੁਬਾਰਕ ਹੈ ਤਾਂ ਟੈਂਪਰੇਚਰ ਹੁਣ ਗਿਆ ਵਾ 34 36 ਪਰ ਜਾ ਸੀ ਆਉਣੇ ਦਿਹਾੜੀ 33-34 ਹੋਇਆ ਵਾ ਹੁਣ ਤਾਂ ਜਨਾਬ ਰਾਤੀ ਮਿਕੀ ਬਹੁਤ ਸਾਰੇ ਵਿਊਰਾਂ ਨੇ ਫੋਨ ਆਏ ਨਾ ਉਹਨਾਂ ਨਾਲ ਥੈਂਕ ਯੂ ਵੈਰੀ ਮੱਚ ਜਿਨ੍ਹਾਂ ਜਿਨ੍ਹਾਂ ਮਿਕੀ ਫੋਨ ਕੀਤਾ ਉਹਨਾਂ ਕਿਤੇ ਯਾਦ ਹੋ ਸੀ ਤਾਂ ਮੈਂ ਤੁਸਾਂ ਕਿ ਵਿਊਰ ਬਾਕੀ ਨੇ ਕਿ ਬਾਂ ਕੇ ਸਮਾੜੇ ਮਾਮੂ ਆਰਫ ਹਨ ਫਲੇ ਤੋਂ ਉਨ ਸੋਰੀ ਫਲੇ ਤੋਂ ਨਹੀਂ ਮੈਰਾ ਅੰਕਰ ਤੋਂ ਉਹਨਾਂ ਫੋਨ ਕੀਤਾ ਸੀ ਰਾਤੀ ਕਾਫੀ ਗੱਪ ਸ਼ੱਪ ਉਹਨਾਂ ਨਾਲ ਹੋਈ ਅੰਕਲ ਮਤਲੂਬਨ ਫਲੇ ਤੋਂ ਉਹਨਾਂ ਵੀ ਫੋਨ ਕੀਤਾ ਸੀ ਮੈਸੇਜ ਵੀ ਕੀਤੇ ਸਨ ਉਹਨਾਂ ਨੂੰ ਬੜਾ ਬੜਾ ਸ਼ੁਕਰੀਆ ਬੜੀ ਬੜੀ ਮਿਹਰਬਾਨੀ ਤਾਂ ਇੱਕ ਮਾੜੇ ਪਾਪਾ ਤਾਲਬਨ ਕਹਾਣੀਆਂ ਲਏ ਉਹਨਾਂ ਦੋ ਤਰਿਆ ਦੇੜੇ ਕੇ ਫੋਨ ਕੀਤਾ ਸੀ ਦੋ ਤਰਿਆ ਵਾਰੀ ਬਲਕਿ ਕੀਤਾ ਨੇ ਤਾਂ ਉਹਨਾਂ ਨਾਲ ਕੋਈ ਰਾਬਤਾ ਨਹੀਂ ਹੋ ਸਕਿਆ ਫਿਰ ਬਾਅਦ ਮੈਂ ਕੀਤਾ ਸੀ ਰਾਬਤਾ ਹੋਇਆ ਸੀ ਉਹਨਾਂ ਨੇ ਵੀ ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਸ਼ੁਕਰੀਆ ਕਹਾਣੀਆਂ ਲਏ ਜ਼ਿੰਦਾਬਾਦ ਪਾਪਾ ਕਾਲਾ ਜ਼ਿੰਦਾਬਾਦ ਤਾਲਬ ਪਾਪਾ ਖਾਲਦ ਪਾਪਾ ਖਾਦਮ ਉਹਨਾਂ ਨਾਲ ਪਾਪਾ ਖਾਲਦ ਪਾਪਾ ਖਾਦਮ ਨਾਲ ਤਾਂ ਰੋਜ਼ ਖੈਰ ਗੱਪ ਸ਼ੱਪ ਹੋਣੀ ਰਹਿਣੀ ਪਾਪਾ ਕਾਲਾ ਆਪਣਾ ਪਾਪਾ ਤਾਲਬ ਇਹ ਤਾਂ ਇੰਗਲੈਂਡ ਚੌਧਰੀ ਗਾਲਬ ਜ਼ਿੰਦਾਬਾਦ ਜੀ ਸਾਰੇ ਜ਼ਿੰਦਾਬਾਦ ਸਾਰੇ ਮਾੜੇ ਵਿਊਵਰ ਜ਼ਿੰਦਾਬਾਦ ਜਿਹੜੇ ਮਿਕੀ ਤੱਕਣੇ ਰਹਿਣੇ ਤਾਂ ਕਮੈਂਟ ਕਰਨੇ ਤਾਂ ਨਾਲ ਮਿਕੀ ਫੋਨ ਵੀ ਕਰਨੇ ਤਾਂ ਮਾੜਾ ਹਾਲ ਵਾਲ ਪੁੱਛਣੇ ਰਹਿਣੇ ਥੈਂਕ ਯੂ ਵੈਰੀ ਮੱਚ ਸਾਰਿਆਂ ਨਾਲ ਤਾਂ ਜਨਾਬ ਆਉਣੀ ਗੱਪ ਥੋੜ੍ਹੀ ਜਿਹੀ ਦੇਰ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਕੋਈ ਕੰਮ ਰਹੀ ਗਿਆ ਜਿਹੜਾ ਕਰੀ ਕਿੰਨਾ ਤਾਂ ਫਿਰ ਜੁੱਸਾਂ ਜੁੰਮੇ ਪਰ ਤਾਂ ਉੱਥੇ ਤੁਸਾਂ ਕੀ ਵਿਊ ਕਰਾ ਸਾਂ ਜੁੰਮੇ ਨਾਲ ਇਨਸ਼ਾਅੱਲਾ ਚਾਰ ਜੋੜੇ ਦੱਸ ਸਕੀ ਹਾਂ ਤਰਾ ਕੱਪੜੇ ਧੋਏ ਕਿੰਨੇ ਖਰਚਤ ਕਰੀ ਗਿਆ ਨਾਲ ਨਾਲ ਕੰਮ ਕਰ ਰਿਹਾ ਮਸ਼ੀਨ ਧੋਏ ਤਾਂ ਬਸ ਨਹਾਉਣਾ ਸ਼ਾਵਰ ਕਰੇ ਤਾਂ ਫਿਰ ਬਸ ਕੱਪੜੇ ਚੇਂਜ ਕਰਨੇ ਤਾਂ ਜੁੰਮੇ ਵਾਸਤੇ ਦੱਸਾਂਗੇ ਹੋਰ ਗੱਲ ਸੁਣ ਪਾ ਵਿਊਵਰ ਇੱਥੇ ਜਿਹੜੀ ਪਾਕਿਸਤਾਨੀ ਮਸ਼ੀਨਾਂ ਲੰਡ ਰਹੀਆਂ ਇਹ ਫਿਕਸ ਨਹੀਂ ਹੋਣੀਆਂ ਜਿੱਥੇ ਮਰਜ਼ੀ ਰੋਡ 'ਤੇ ਘਿਣੀ ਜਾਓ ਜਿੱਥੇ ਮਰਜ਼ੀ ਸਲਾਹ ਦੱਸਣ ਲਾਇਆ ਉੱਥੇ ਲਾਈ ਤਾਂ
ਯਾਨੀ ਕਰੀ ਜਾਣਾ ਆਪਣਾ ਕੱਪੜੇ ਧੋਈ ਜਾਣਾ। ਹਾਂਜੀ ਵੀਰ, ਧੱਕੀ ਸਕਦੇ ਹੋ ਮਾੜਾ ਜ਼ਖਮ, ਸ਼ੁਕਰ ਅਲਹਮਦੁਲਿਲਾ, ਸੁਮ ਅਲਹਮਦੁਲਿਲਾ, ਕਾਫੀ 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 ਬਿਹਤਰ ਹੋ ਗਿਆ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਵੀਵਰਸ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਉਮੀਦ ਕਰਨਾ ਹੈ ਕਿ ਠੀਕ ਠਾਕ ਹੋ, ਸੋ ਤਾਂ ਅੱਲਾਹ ਪਾਕ ਨੇ ਹਿਫਜ਼ ਇਮਾਨੀ ਚੋ ਸੋ। ਸ਼ੁਕਰ ਅਲਹਮਦੁਲਿਲਾ, ਸੁਮ ਅਲਹਮਦੁਲਿਲਾ, ਮੈਂ ਵੀ ਠੀਕ ਠਾਕ ਹਾਂ, ਖੈਰੀ ਮੇਰੀ ਹਾਂ ਜਨਾਬ। ਅੱਜ ਹੈ ਫਰਾਈਡੇ, ਤਾਂ ਫਰਾਈਡੇ ਨਾਲ ਜੁਮੇ ਨਾਲ ਟਾਈਮ ਹੋਇਆ ਵਾ, ਜੁਮਾ ਪੰਨੇ ਨਾਲ ਟਾਈਮ ਹੋਇਆ ਵਾ, ਤਾਂ ਮੈਂ ਥੋੜ੍ਹਾ ਜਿਹਾ ਲੇਟ ਹੋਇਆ, ਤਾਂ ਸੋ ਤਾਵਲੀ ਤਾਵਲੀ ਗੱਲਾਂ ਕਰਨਾ, ਤਾਂ ਟਾਈਮ ਹੋ ਗਿਆ ਜਨਾਬ 12:30, ਤਾਂ ਤਾਰੀਖ ਹੈ ਅੱਜ 7, ਤਾਂ ਦਿਹਾੜਾ ਅੱਜ ਫਰਾਈਡੇ ਉਤ ਪਾਈ ਰਿਹਾ, ਤਾਂ ਹੁਣ ਜੁਲਿਆ ਜਨਾਬ, ਟੈਂਪਰੇਚਰ ਅੱਜ 36 ਹੈ, ਤਾਂ ਹੁਣ 36 ਹੋਇਆ ਵਾ, ਤਾਂ ਹੁਣ ਜੁਲਿਆ ਜੁਮਾ ਪੰਨੇ ਵਾਸਤੇ। ਉਸ ਤੋਂ ਪਹਿਲੇ ਮੈਂ ਸਾਰਿਆਂ ਕਿਹਾ ਸਾਂ ਜੀ ਮਾੜਾ ਚੈਨਲ ਸਬਸਕ੍ਰਾਈਬ ਕਰੋ, ਅਤੇ ਜੇ ਮਾੜੀ ਫਿਲਮ ਚੰਗੀ ਲੱਗਿਆ ਤਾਂ ਨਾਲ ਲਾਈਕ ਸ਼ੇਅਰ ਵੀ ਕਰਿਆ ਕਰੋ। ਤਾਂ ਹੁਣ ਅੱਛੋ ਜੁਲਾ ਜੀ ਜੁਮਾ ਪੰਨੇ ਵਾਸਤੇ ਆਇਆ, ਤਾਂ ਬਾਕੀ ਨੇ ਡਿਟੇਲ ਸੰਗੀ ਜੁਮੇ ਨਾਲ ਯਾਨੀ ਕਿ ਉੱਥੇ ਦੱਸਣਾ ਆ ਸਾਰਾ ਕੁਝ, ਤਾਂ ਮੈਂ ਹੁਣ ਤਿਆਰ ਹੋ ਗਿਆ, ਬਸ ਪਰਨਾ ਜਾਣਾ ਤਾਂ ਚੱਪਲੀ ਲਾਣੀ ਤਾਂ ਮੋਟਰਸਾਈਕਲ ਸਟਾਰਟ ਕਰਨਾ, ਤਾਂ ਚਲੋ ਜੁਮੇ ਦਾ। ਸਦੀਆਂ ਸੇ ਨਾ ਜਾਏ
ਹਾਂ ਜੀ ਵੀਵਰਸ, ਨਮਾਜ਼ ਪੜ੍ਹੀ ਤਾਂ ਸਾਂ ਜੁਮਾ ਪੜ੍ਹੀ ਤਾਂ ਲਿਖੜੀ ਆਏ ਹਾਂ, ਇਹ ਸਾਡੇ ਹਫਦਰ ਵੀ ਲਗੇ ਨੇ, ਇਹ ਜਿਹੜੇ ਮਾੜੇ ਗਵਾਂਢ ਮਿਸਤਰੀਆਂ ਨਾਲ ਕੰਮ ਕਰਨਾ ਹੈ। ਮੋਹਤਰਮ ਕੀ ਹਾਲ ਹੈ? ਠੀਕ ਹੋ? ਸਿਹਤ ਠੀਕ ਹੈ? ਕੁਦਰ ਤਿਆਰੀ ਹੋਈ? ਅੱਜ ਉੱਧਰ ਛੁੱਟੀ ਹੈ? ਅੱਛਾ, ਕਦੋਂ ਵਾਪਸ ਆਉਣਾ ਨੇ? ਇਸ ਤੋਂ ਬਾਅਦ। ਅੱਛਾ ਚਲੋ ਠੀਕ ਹੈ ਠੀਕ ਹੈ। ਹੋਰ ਸਭ ਖੈਰ ਖਰੀਦ? ਜਨਾਬ ਤੁਸੀਂ ਚੁੱਲ੍ਹੇ ਹਾਂ ਮਾੜੇ ਭੰਨੇ, ਕੋਈ ਨਵੇਂ ਬਹਿੜੇ ਆਉਂਦੇ ਵੇ ਕਿਰਪਾਣੀ ਦੇ, ਉਹ ਸਹੀ ਕਰਦੇ ਹਾਂ, ਸਭ ਤੋਂ ਵਿਊ ਕਰਾਉਣੇ ਹਾਂ। ਬਾਕੀ ਜਿੱਦਾਂ ਜਿੱਦਰ ਗਿਆ ਮਸੇ ਚਲਾਉਣਾ ਆ ਵੀਓ ਲੱਗਣਾ। ਸੋ ਧੁੱਪ ਕਿਤਨੀ ਆ, ਤੁਹਾਡੀਆਂ ਅੱਖੀਆਂ ਨਹੀਂ ਖੁੱਲੀਆਂ, ਧੁੱਪਾ ਬੜਾ ਰੌਲਾ ਆ। ਬਾਕੀ ਸਾਰਾ ਕੁਝ ਠੀਕ ਹੈ ਅਲਹਮਦੁਲਿਲਾ। ਭਨਿਆ ਹੋਇਆ ਮਲੇਰ ਮਾੜਾ ਲਗਾ ਸਭ ਚੱਲੀ, ਇਹ ਮਾੜਾ ਮਲੇਰ ਨੇ ਨਿਕਲ ਜਾ। ਸਭ ਨੂੰ ਬੜਾ ਬੈੜਾ ਅਤੇ ਕੀਮਤੀ ਇਹ ਦੱਸਣੇ, ਜਿਹੜਾ ਪਹਿਲਾ ਬੈੜਾ ਆ ਮਾਸ਼ਾ ਅੱਲਾ, ਮੱਥੇ ਪਰ ਰੰਗ ਵੀ ਲੱਗਾ ਉਸ ਕੁਰਬਾਨੀ ਲਾ ਤੱਕ ਹੀ ਸਕਣੇ ਹੋ ਚੰਬਾ ਨਾਲੇ ਸਦਰ ਇੱਕ ਬੱਕਰੇ ਠਾਲਸਾ ਥੋੜੀ ਦੇਰੀ ਬਾਅਦ ਨਾਲ ਠਾਲੀ ਹੋ ਸੀ, ਤੁਸੀਂ ਵਿਊ ਕਰਾਉਣੇ ਬੱਕਰੇ ਨਾਲ। ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ, ਤਗੜਾ ਬੱਕਰਾ ਨੇ, ਬਹੁਤ ਬੜਾ ਬੱਕਰਾ ਨੇ। ਵਜ਼ਨ ਮੈਂ ਪਾਈ ਹੋਣਾ ਕਿਤਨਾ ਸੀ ਤੁਰਿਆ? ਤੂੰ ਪੰਜਾਹ ਪਾਉਣਾ ਹੈ, ਮੈਂ 60 ਪਾਈ ਲਿਆ ਕਰਦਾ। ਕਿਸ ਤਰੀਕੇ ਨਾਲ ਪੂਰਾ? ਕੁਛ ਨੀ, ਬੱਕਰਾ ਬਹੁਤ ਬੜਾ ਬੱਕਰਾ ਜੀ ਮਾਸ਼ਾਅੱਲਾ, ਪੰਜਾਹ ਤੋਂ ਉੱਪਰ ਹੀ ਹੋ ਸੀ, ਕੱਟ ਨੀ ਆਉਣ ਗਿਆ, ਪੱਖਾ ਤਾਂ ਕਿਸੇ ਕਿਵੇਂ ਬੱਕਰੇ ਨਾਲ ਮਾਸ਼ਾਅੱਲਾ। ਹਾਂਜੀ ਨਾ ਨਾ ਨਾ, ਉਹ ਨੀ ਬਣਵਾਉਣਾ, ਉਹ ਫਿਲਮ ਤੋਂ ਕਹਿ ਗਿਆ ਜੀ ਇਹ ਬੈੜਾ, ਇਹ ਰਾਤੀ ਆਏ ਨੇ ਮਾਸ਼ਾਅੱਲਾ, ਇਹ ਥੋੜ੍ਹਾ ਜਿਹਾ ਘੂਰਨਾ ਮਿਲੀ ਤਾਂ ਕਿਸੇ 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 ਤੱਕਣਾ ਪਿਆ, ਅੱਖ ਤਾਂ ਕਿਸੇ ਕਿਸੇ ਬੈੜੇ ਮਾਸ਼ਾਅੱਲਾ। ਹਾਲਾ ਜੀ ਇਹ ਬੈੜਾ ਕਿਹੜੀ ਜੀਨ ਆਇਆ? ਤਲਾ ਗੰਗੀ, ਤਲਾ ਗੰਗੀ ਬੈੜਾ ਜੀ, ਕਿੱਲੇ ਨੇ ਪੱਲੇ ਵੇ, ਆਟੇ ਨੇ ਪੱਲੇ ਵੇ, ਪੇੜਿਆਂ ਨੇ ਪੱਲੇ ਵੇ ਬੈੜੇ ਮਾਸ਼ਾਅੱਲਾ, ਚੰਗੇ ਸੋਹਣੇ ਡੱਬੇ, ਸੋਹਣਾ ਜਿਹਾ ਬੈੜਾ ਆ। ਉਸ ਤੋਂ ਕਹਿ ਗਿਆ ਜੀ ਬਿਲਕੁਲ ਉਸਨੇ ਨਾ ਲੈਣਾ ਬੈੜਾ, ਇਹ ਉਹ ਜਿਹਾ ਡੱਬਾ ਜਿਹਾ ਆ, ਥੋੜ੍ਹਾ ਜਿਹਾ ਅੱਗੂ ਕਾਲਾ ਕਰਦਾ ਆ। ਮਾਸ਼ਾਅੱਲਾ ਮਾਸ਼ਾਅੱਲਾ, ਇਹ ਵੀ ਤਗੜਾ ਬੈੜਾ ਆ ਜੀ। ਅਲਾ ਵੇਟ ਵੀ ਬਾਹਲਾ ਜਾਣਾ, ਇਸ ਤਰ੍ਹਾਂ ਕਿਤਨਾ ਸੀ? ਇਹ ਲੰਮਾ ਆ ਜੀ ਕਾਫੀ ਉਸਨੇ ਲਾ ਲੂ, ਕਿਉਂਕਿ ਉਹ ਥੋੜ੍ਹਾ ਛੋਟਾ ਜਿਹਾ ਆ, ਚੰਬਾ ਬੈੜਾ ਆ ਜੀ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਇੱਥੇ ਖਲਾਈ ਰੱਖਦਾ ਰਹਿ ਬੈੜਾ, ਤੱਕੀ ਸਕਣੇ ਹੋ ਪੁੱਠੇ ਬੈੜੇ ਨੇ, ਤੱਕੀ ਸਕਣੇ ਹੋ ਪੂਰਾ ਬੈੜਾ ਆ ਜੀ ਫੁੱਲ ਮਾਸ਼ਾਅੱਲਾ ਫੁੱਲ। ਇਹ ਵੀ ਤਲਾ ਗੰਗੀ ਆ, ਤਲਾ ਗੰਗਣਾ ਬੈੜਾ ਜੀ, ਇੱਥੇ ਖਲ ਦਿਸ, ਇਹ ਬੈੜਾ ਸੋ ਤੱਕਿਆ ਹੋ ਸੀ ਜੀ, ਫੁੱਲ ਵਿਊ ਸਹੀ ਕਰਿਆ ਬਿਨਾ ਬੈੜੇ ਨਾਲ ਮਾਸ਼ਾਅੱਲਾ। ਅੱਛਾ ਨਵਾ ਲਿਆ ਵਾ ਕੋਈ ਨੀ ਸੋ, ਰਾਤੀ ਲੱਥੇ ਤੇ ਨਹਾਤਾ ਕੋਈ ਨੀ ਬੈੜਾ, ਹੁਣ ਅਗਲਾ ਬੈੜਾ ਤੁਸੀਂ ਦੱਸਣੇ ਕਾਲਾ ਜਿਹਾ।
ਇੱਕ ਇਹ ਬੈਡ ਆਇਆ ਜੀ ਮਾਸ਼ਾਅੱਲਾ, ਇੱਕ ਕਾਲਾ ਮੱਥਿਆਂ ਚੀਣਾ ਆ, ਥੱਲਿਆਂ ਵੀ ਥੋੜ੍ਹਾ ਥੋੜ੍ਹਾ ਡੱਬ ਇਸ ਚੀਣਾ ਦਾ ਬੈਡ ਆਇਆ ਕਾਲਾ ਪੂਰਾ ਆ, ਜਿਤਨਾ ਥਿਆ ਆ ਸੁਥਰਾ ਬੈਡ ਆਇਆ ਮਾਸ਼ਾਅੱਲਾ। ਹਾਂ ਬੈਡਿਆ ਇਹ ਮੀ ਸ਼ੱਕ ਹੈ ਇਹ ਕੁਰਾ ਦਬਾਇਆ ਵੀ ਆ ਕੁਛ ਜੀ, ਕਿਉਂਕਿ ਪਿੱਛੇ ਨਹੀਂ ਜਾਣ ਦੇਣਾ ਤਾਂ ਸੂ ਬੈਡ ਪਿੱਛੇ ਨਹੀਂ ਜਾਣ ਦੇਣੇ ਕਿਉਂਕਿ ਇਹਨੇ ਚੁੱਕੇ ਚੁੱਕੇ ਮਾਰਨੇ ਨੇ ਜਿਹੜਾ ਦਬਾਉਣੇ। ਸੋ ਦੇਖਣਾ ਅਸੀਂ ਫੁੱਲ ਲਸ਼ਕ ਲਸ਼ਕ ਕਰਨਾ ਬੈੜਾ ਮਾਸ਼ਾਅੱਲਾ ਮਾਸ਼ਾਅੱਲਾ। ਆ ਬੈੜਿਆ ਇਹ ਪਹਿਲਾ ਬੇੜਾ ਖੋਲਣ ਲਗਾ ਜੀ, ਕਿਉਂਕਿ ਮੈਂ ਖੋਲ ਤਾਂ ਬਾਹਰ ਜ਼ਰਾ ਟੋਰ ਤਾਂ ਤੁਸੀਂ ਟੋਰੀ ਦਾ ਵਿਊ ਕਰਾਉਣੇ ਇਸ ਬੈੜੇ ਨਾਲ। ਮੀ ਸ਼ੱਕ ਹੈ ਸਾਰਿਆਂ ਨਾਲੋਂ ਮੀਂਹ ਕਿਸ ਹੋਣਾ ਹੀ ਹੈ ਲਗਾ ਮਾਸ਼ਾਅੱਲਾ। ਇਸਕੇ ਦਬ ਥੋੜ੍ਹੇ ਬੜੇ ਆਏ ਹਾਏ ਆਏ ਹਾਏ ਆਏ ਹਾਏ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਬਹੁਤ ਖੂਬ। ਅੱਗੇ ਜਾਂਦੇ ਟੋਰੀ ਖੜ ਥੋੜ੍ਹਾ ਜਿਹਾ, ਇਹ ਰਾਤੀ ਲੱਥੇ ਜੀ ਆਏ ਬੜੇ ਦੂਰੋਂ ਆਣ, ਗੱਡੀ ਨੇ ਇਹਨੇ ਸਫ਼ਰ ਬਹੁਤ ਮਾਰ ਦੇਣਾ। ਪੁੱਠੇ ਜਿਹੜਾ ਦੱਸੋ ਨਾ ਫਿਰ ਪਤਾ ਲੱਗਣਾ ਬੈੜਾ ਕਿਹ ਜਾਇਆ। ਪੂਰੀ ਕੰਡੇ ਨਾਲ ਜੀ ਪੂਰਾ ਫੁੱਲ ਬੈੜਾ ਆ ਮਾਸ਼ਾਅੱਲਾ, ਥੱਕੀ ਸਕਣੇ ਹੋ ਰਾਤਾਂ ਨਾਲ ਇੰਨਾ ਖਾਧਾ ਪੀਤਾ ਵਾ ਕੁਝ ਨਹੀਂ, ਕਿਉਂਕਿ ਜਿਹੜਾ ਕਿੱਲਾ ਇਹਨਾਂ ਨਾਲ ਚੇਂਜ ਕਰੋ ਤੇ ਖਾਣੇ ਪੀਣੇ ਨਹੀਂ, ਇਸਨੇ ਢਿੱਡ ਥੋੜ੍ਹੀ ਜਿਹੀ ਥੱਲੇ ਗਏ ਵੀ ਬਰਲ ਮਾਸ਼ਾਅੱਲਾ। ਜਾਣ ਦਿਓ ਜੀ ਇਸਕੀ ਬੰਨੀ ਛੋ ਤਾਂ ਅਗਲਾ ਕੱਢੋ, ਇੱਕ ਪੀਸ ਸਾਡੇ ਕੋਲ ਬਿਲਕੁਲ ਡੋਢ ਕਾਲਾ ਵੀ ਆਇਆ ਜੀ, ਉਹ ਕੱਢਣੇ ਆ ਹੁਣ ਉਹ ਸਾਈਂ ਇਸ ਨਾਲ ਵਿਊ ਕਰਾਉਣੇ ਆ। ਤਬੀਅਤ ਸਾਈਂ ਖੁਸ਼ ਹੋ ਸੀ ਕਾਲਾ ਬੈੜਾ ਤਾਂ ਕੀਤਾ, ਅਜੇ ਬੱਕਰਾ ਨਹੀਂ ਬਾਹਰ ਕਢਾਇਆ ਮੈਂ ਇਸਕੀ ਬਾਹਰ ਕਢਾ ਸਾਂ ਮਾਸ਼ਾਅੱਲਾ। ਤਗੜਾ ਬੱਕਰਾ ਆਇਆ ਜੀ ਫੁੱਲ ਤਗੜਾ। ਉਹ ਵਿਊਰ ਮੈਂ ਕੀਮਤਾਂ ਨਾ ਪੁੱਛਣਾ, ਮੈਂ ਇਸ ਨਾਲ ਨੰਬਰ ਕਿਣ ਸਾਂ, ਕੀਮਤ ਸਾਂ ਪਸੰਦ ਕਰਿਆ ਬੈੜਾ ਤਾਂ ਆਪ ਉਸ ਨੂੰ ਪੁੱਛੀ ਕਿਹੜਾ ਹੈ, ਨਿਹਾਇਤੀ ਮੁਨਾਸਿਬ ਕੀਮਤ ਹੋ ਸੀ ਇਨਸ਼ਾਅੱਲਾ ਤੁਸੀਂ ਕੀ ਨਾਰਾਜ਼ ਨਹੀਂ ਕਰਨ ਲਗਾ। ਇਹ ਮਾੜਾ ਆਪਣੀ ਆਦਤ ਤੁਸੀਂ ਕੀ ਸਾਰਾ ਕੁਝ ਡਿਟੇਲ ਵੀ ਤੁਸੀਂ ਕੋਈ ਪੁੱਛਣੀ ਹੋਈ, ਦੰਦ ਛੰਦ ਉਹ ਵੀ ਤੱਕਣੇ ਹੋਏ ਤੇ ਸਾਰੇ ਦਵੰਦੇ ਨੇ ਪੱਕੇ ਦਵੰਦੇ ਨੇ ਬਲਕਿ ਸਾਰੇ, ਤਾਂ ਜੋ ਕੁਝ ਵੀ ਹੋਇਆ ਤੁਸੀਂ ਸਿਰਫ ਪੁੱਛ ਸਕਣੇ ਹੋ। ਕਾਲਾ ਬੈੜਾ ਵੀ ਮਾਸ਼ਾਅੱਲਾ ਤਗੜਾ ਬੈੜਾ ਆ ਜੀ, ਇਹ ਮਿਸ਼ਾ ਕਿਹਾ ਸਾਰਿਆਂ ਨਾਲ ਤਗੜਾ ਆਇਆ ਇਹ, ਆਏ ਹਾਏ ਓਏ ਹੋਏ ਉਹ ਬੱਲੇ। ਵੀਡੀਓ ਤੱਕਿਆ ਤੂੰ ਕਿਸ ਤਰ੍ਹਾਂ ਬਣਸੀ ਮਾਸ਼ਾਅੱਲਾ। ਇਹ ਜਣਾ ਥੋੜਾ ਡਰਨਾ ਜੀ, ਸਾਡਾ ਨਵਾਂ ਜਣਾ ਆ ਬੈੜਿਆਂ ਨਾਲ ਤਾਂ ਸੂ ਤਾਂ ਬੈੜੇ ਨੇ ਮੈਂ ਪੂਰਾ ਵਿਊ ਕਰਨਾ ਇੱਕ ਵਾਰ ਫਿਰ ਫਿਰ ਸਰਾ ਤਾਂ ਕਿਸੇ ਕਹਿੰਦੇ ਇਹ ਵੀ ਪੂਰਾ ਫੁੱਲ ਹੈ ਮਾਸ਼ਾਅੱਲਾ। ਅਜੇ ਨਹਾਤਾ ਵਾ ਕੋਣੀ ਜੀ, ਬਾਕੀ ਖਾਲੀ ਸਾਰਾ ਕੁਝ ਤਿਆਰ ਆ ਬੈੜੇ ਨਾਲ, ਨਹਾਈ ਤਾਂ ਜਿਹੜਾ ਗਾਣੀ ਪਈ ਨਾ ਇਸਨੇ ਗਲਾ ਵੀ ਸਿੱਖ ਮੈਂ ਹਣਾ ਕੇ ਜ਼ਬਰਦਸਤ ਹੋਈ ਜਾਣ ਦਿਓ ਇਸ ਗੀਤ ਅਗਲਾ ਕੱਢੋ ਜੀ। ਇੱਕ ਬੈੜਾ ਰਹਿਣਾ ਉਹ ਪਹਿਲਾ ਬੈੜਾ ਜਿਹੜਾ ਸੀ ਡੱਬਾ, ਉਹ ਪਹਿਲਾ ਡੱਬਾ ਜਿਹੜਾ ਉਹ ਪਹਿਲਾ ਡੱਬਾ ਨੀ ਉਹ ਕੱਢੀ ਤਾਂ ਹੁਣ ਇਹ ਤੱਕੀ ਸਕਣੇ ਜੀ ਸਾਡੇ ਬਾਜ਼ਾਰਾਂ ਨੇ ਪੁਛਿਆ। ਬਿਸਮਿਲਾ ਚੋਇਸ ਸਾਹਿਬ ਕੀ ਹਾਲ ਹੈ, ਠੀਕ ਹੋ ਸਿਹਤ ਬੀਅਤ, ਜੁਮਾ ਮੁਬਾਰਕ ਖੈਰ ਮੁਬਾਰਕ ਖੈਰ ਮੁਬਾਰਕ। ਇਹ ਮਾੜੇ ਭਰੀ ਨਾ ਡੇਰਾ ਜਿਹੜਾ ਮੈਂ ਸਹੀ ਰਾਹ ਲਾ ਕੇ ਦੱਸਣਾ ਹੁਣੇ ਆ, ਇਹ ਉੱਥੇ ਹੀ ਬੈੜਿਆ ਵੀ ਜੀ ਸਾਡੇ ਮਾਹਲਾ ਬਾਜ਼ਾਰ ਜਿਹੜਾ ਹੈ ਨਾ ਪਹਿਲਾ ਬਾਜ਼ਾਰ ਟਿਊਬਵੈੱਲਾਂ ਵਾਲਾ, ਉਸਨੇ ਵਿਚਕਾਰਾ ਵਿੱਚ ਜਿਹੜਾ ਜਨਾਬ ਇਹ ਬੈੜੇ ਵੱਧੇ ਵੇ ਇਹ ਡੇਰਾ ਵਿੱਚ ਦੱਸੀ ਵੀ ਲਓ ਥੱਕੀ ਸਕਣੇ ਬੈੜੇ ਗਰਮੀ ਲੱਗਣੀ ਤਾਂ ਆਪਸ ਹੀ ਮਜ਼ਾਕਾਂ ਕਰਨਾ ਵੇ ਇਹ ਹੁਣ ਛੱਟਣਾ ਪਿਆ ਸਕੋ ਨਾ ਹੁਣ ਤਿਆਰ ਕਰਨਾ ਬੱਲੇ ਮਾਸ਼ਾਅੱਲਾ।
ਇਹ ਬੈਠੇ ਜੀ ਇੱਕ ਮੈਂ ਬਾਹਰ ਕੱਢੀ ਤੁਸੀਂ ਨਾ ਵੀਡੀਓ ਬਣਾ ਸਕਿਆ ਕਿਉਂਕਿ ਮਾੜਾ ਵੀਡੀਓ ਸੋਰੀ ਫੋਨ ਜਿਹੜਾ ਆ ਕੱਲ੍ਹ ਪੜ ਕਰੀ ਗਿਆ ਸੀ ਗਰਮੀ ਦੀ ਵਜ੍ਹਾ ਨਾਲ ਟੈਂਪਰੇਚਰ ਹਾਈ ਦੱਸਣਾ ਤਾਂ ਫਿਰ ਵੀਡੀਓ ਨਾ ਬਣਾ ਸਕਿਆ ਉਹ ਡੱਬਾ ਬੈਣਾ ਜਿਹੜਾ ਪਰਲਾ ਇੱਕ ਇਹ ਡੱਬਾ ਆ ਉਹ ਡੱਬਾ ਸਾਰਿਆਂ ਨਾਲੋਂ ਤਗੜਾ ਮਾਸ਼ਾਅੱਲਾ ਉਹ ਹੀ ਹੈ ਇਹ ਵੀ ਤਗੜੇ ਬੈਠੇ ਨਾ 19-20 ਨਾਲ ਫਰਕ ਹੀ ਹੈ ਆਏ ਥੋੜ੍ਹਾ ਜਿਹਾ ਵਜ਼ਨ ਹੌਲਾ ਲੱਗਣਾ ਪਰ ਆਇਆ ਕੱਦੂ ਬੱਤੂ ਇੰਨਾ ਰੋਠਾ ਬਿਲਕੁਲ ਸਹਿਮ ਤੱਕ ਹੀ ਸਕਣੇ ਉਸ ਨਾਲ ਇੱਥਾ ਇਹ ਤਾਂ ਕਿ ਮਜ਼ਾਕਾਂ ਮਜ਼ਾਕਾਂ 'ਚ ਭਿੜੀ ਨਾ ਪੈਣ ਡੋਰਾ ਆਖਣਾ ਕਿ ਦਾੜੀ ਕੋਣੀ ਸੇਵ ਕੀਤੀ ਹੋਈ ਇਹ ਮਲ ਆਪਣੇ ਆਇਆ ਜੀ ਜਿਹੜਾ ਕਿੱਥੇ ਨਾ ਉਹਨੇ ਰਸਮ ਜੀ ਕਿਨੋਂ ਅੱਗੇ ਚਲਾਉਣਾ ਇੱਥੇ ਬੈਠ ਇੱਥੋਂ ਤੱਕ ਹੀ ਸੰਸਾਰੇ ਜਨਾਬ ਵੀਵਰ ਉਹ ਅੱਗੇ ਬਹਿੜੀ ਆ ਉਹ ਬਹਿੜਾ ਨਹੀਂ ਉਹ ਜਿਹੜਾ ਉਹ ਬੜਾ ਦੰਦ ਹੈ ਨਾ ਉਸਦੀ ਮਾਂ ਆ ਉਹ ਪਤੀ ਬੜਾ ਦੰਦ ਸੀ ਜਿਸ ਤਰ੍ਹਾਂ ਸੀ ਉਹ ਪਰੇ ਰਾਮ ਸਕੂਲ ਤੇ ਨਹੀਂ ਰਹਿ ਚਲਾ ਤਾਂ ਬਹੁਤ ਜਲਦੀ ਯਾਨੀ ਕਿ ਕੱਲ੍ਹ ਤੱਕ ਹੋਰ ਨਵੇਂ ਬੈਠੇ ਵੀ ਆਏ ਰਹੇ 7-8 ਉਹ ਇਹਨਾਂ ਤੋਂ ਵਿਪਰੇ ਹੋ ਸਕਣ ਕਿਉਂ ਡੋਰਿਆ ਇਹ ਗੱਲ ਹੈ ਠੀਕ ਹੈ ਮੀਂਹ ਇਜਾਜ਼ਤ ਆ ਫਿਰ ਅੱਲਾ ਸੁਣਨ ਵਾਲਾ ਮਿਲਣੇ ਹਾਂ ਬ੍ਰੇਕ ਤੋਂ ਬਾਅਦ ਠੀਕ ਹੈ ਸਫ਼ਰ ਇਹ ਵੀਵਰ ਸ਼ੋਏਬ ਦੀ ਦੁਕਾਨ ਖੁੱਲ੍ਹੀ ਵੀ ਪਤਾ ਨਹੀਂ ਆਪੂ ਕਿੱਥੇ ਆ ਇੱਥੇ ਕੋਈ ਨਹੀਂ ਮਿਲਦੇ ਸਾਂ ਪਿਆ ਉਸਤਾਦ ਜੀ ਕੀ ਹਾਲ ਹੈ ਸ਼ੋਏਬ ਕੁਦਰ ਗਿਆ ਵੀਵਰਸ ਸ਼ੋਏਬ ਆਪੂ ਇੱਥੇ ਕੋਈ ਨਹੀਂ ਤਾਂ ਉਸਤਾਦ ਰੱਖਦੇ ਜਿਹੜੇ ਇੱਥੇ ਉਹਨਾਂ ਰੱਖਿਆ ਵਾ ਸ਼ੈਫ ਯਾਨੀ ਦਵਾਈ ਉਹ ਆਪਣੇ ਜਾਂ 2 ਮਿੰਟ ਲੱਗ ਸਨ ਫਿਰ ਸਮੋਸੇ ਸਨ ਸਮੋਸਾ ਚਾਟ ਆਰਡਰ ਕੀਤੇ 2 ਮੈਂ ਤਾਂ ਮਲੇਰ ਖਾਸਾਂ ਉੱਥੇ ਦੱਸਦੇ ਹਾਂ ਕਿਹਦਾ ਬਣਾ ਤਾਂ ਕਹਿਣਾ ਸ਼ੋਏਬ ਤਾਂ ਬਹੁਤ ਸੋਹਣਾ ਬਣਾਉਣਾ ਉਹਨੂੰ ਪਤਾ ਨਹੀਂ ਕਿਹਦਾ ਬਣਾ ਸਕਦਾ ਕਿੰਨਾ ਸਾਰੀਆਂ ਤਕਰੀਬਨ ਲਿਖੀਆਂ ਹੋਈਆਂ ਸਾਰਾ ਕੁਝ ਪੂਰਾ ਬੋਰਡ ਲਗਾ ਹੋਇਆ ਵੀ ਬਸ ਸਮੋਸਾ ਚਾਟ ਆਈ ਗਿਆ ਨੇ ਤੱਕੀ ਸਕਣੇ ਹੋ ਕਿ ਚਾਟਾ 'ਚ ਕਿਆ ਕਿਆ ਪਿਆ ਵਾ ਸਮੋਸਾ ਥੱਲੇ ਆਈ ਗਿਆ ਖਾਣ ਸ਼ੁਰੂ ਕਰ ਕਹਿੰਦੇ ਕਿ ਵਾਹ ਵਿਊ ਪਾ ਕੇ ਕਿਸ ਲਾਇਆ ਕਦੀ ਵਿਊ ਦੇਣਗੇ ਸਮੋਸਿਆਂ ਨਾਲ ਚੰਗਾ ਬਣਾਇਆ ਨੇ ਤਾਂ ਪੈਸੇ ਦੇਸਾਂ ਜੇ ਨਾ ਚੰਗਾ ਬਣਾਇਆ ਨੇ ਤਾਂ ਪੈਸੇ ਸ਼ੋਰ ਲੋੜਨਾ ਰਹਿ ਸਕੇ ਇਹਦਾ ਜੇ ਢਲਿਆ ਹੀ ਬਣੇ ਮੈਂ ਗਿਆ ਹੀ ਬਣਿਆ ਢਲੇ ਹਨਾ ਸਹੀ ਆ ਮਿਰਚਾਂ ਜ਼ਿਆਦਾ ਨਹੀਂ ਪਈਆਂ ਨੇ ਠੀਕ ਹਨ ਬਿਸਮਿਲ੍ਲਾਹਿ ਰਹਿਮਾਨ ਰਹਿਮ ਵੀਰ ਮੈਂ ਖਾਣ ਲੱਗਾ ਨੇ ਜੇ ਖਾਣੇ ਹੋ ਤਾਂ ਅੱਛੇ ਅੱਜ ਤੁਸੀਂ ਸਮੋਸਾ ਚਾਟ ਖਵਾਉਣਾ ਸਮੋਸਾ ਚਾਟ ਸ਼ੋਏਬ ਨਹੀਂ ਦੁਕਾਨਾਂ ਨਾਲ ਹਾਂਜੀ ਵੀਰ 2 ਖਾਈ ਤਾਂ ਅਸਾਂ ਨਿਕਲੀ ਆਏ ਹਾਂ ਤਾਂ 2 ਆਖਿਆ ਟੇਕ ਆਊਟ ਕਰਿਆ ਵਾਸਤਾ ਅੱਗਾ ਜੁਲਿਆ ਦਰਜੀਆ ਕੋਲ ਕੱਪੜੇ ਸੀਟ 'ਤੇ ਉਹ ਚਾਹੁੰਦੇ ਹਾਂ ਤਾਂ ਫਿਰ ਅਗਲੀ ਹਾਂਜੀ ਵੀਰ ਮੈਂ ਪੁੱਛ ਆਇਆ ਸਕਲੈਨੀ ਸ਼ਾਬਾ ਪਰ ਕੱਪੜੇ ਕੋਈ 2 ਸੂਟ ਹੀ ਨਾ ਆਖਣੇ ਸੀਟ 'ਤੇ ਵੇ ਕੁਤਾ ਨਹੀਂ ਸੀਟ 'ਤੇ ਵੇ ਅਗਰ ਮੈਂ ਖੋਲੀ ਤਾਂ ਚੈੱਕ ਕਰਾਸੋ ਇਸ ਤਰ੍ਹਾਂ ਨਹੀਂ ਖੋਲੀ ਤਾਂ ਮੇਰੀ ਟੈਸ ਚੈੱਕ ਕਰਾਸੋ ਪਹਿਲੇ ਫਿਰ ਮੈਂ ਖੜਸਾਂ ਚਾਹੀਦਾ ਇੱਥੋਂ ਜੇ ਕੋਈ ਨੁਕਸ ਹੋਇਆ ਤਾਂ ਮੈਂ ਤੁਸੀਂ ਇੱਥੇ ਹੀ ਪਾਸਾਂ ਡਬਲ ਸਿਲਾਈ ਦਾ ਕਿਹੜਾ ਸੀ ਖੋਲੀ ਤਾਂ ਚੈੱਕ ਕਰਾਓ ਜਨਾਬ ਇਹ ਮਾੜੇ ਪੁੱਤਰਾ ਨਿੱਕੇ ਕਾਜ਼ੀ ਨੇ ਨਿੱਕਾ ਕਾਜ਼ੀ ਐਸਨ ਅਲੀ ਸ਼ਹਜ਼ਾਦ ਇਹ ਉਸਨੇ ਸੂਟ 2 ਮੈਂ ਦੇ ਗਿਆ ਸਾਂ ਇੱਥੇ ਤਾਂ ਜਵਾਨਾਂ ਵਿੱਚ ਮੈਂ ਤਿਆਰ ਕਰੂ ਪਰ ਮੈਂ ਖਿਲਾਏ ਤਾਂ ਹਨ ਕਿਉਂਕਿ ਮੈਂ ਇਹਨਾਂ ਕੀ ਚੈੱਕ ਕਰਸਾਂ ਜੇ ਕੋਈ ਫਰਕ ਫੇਰ ਹੋਇਆ ਤਾਂ ਮੈਂ ਇਸ ਦੀ ਪਾਸਾਂ ਫਿਰ ਠੀਕ ਕਰਾਸਾਂ ਮੈਂ ਫਿਰ ਕਰਸਾਂਗਾ ਕਿਉਂਕਿ ਉਹ ਇੱਥੇ ਕੋਈ ਜੇ ਲਾਸੀ ਦਾ ਚੈੱਕ ਕਰਸੀ ਉਹ ਹੈ ਇੰਗਲੈਂਡ ਯੂਕੇ ਉਹ ਬੰਦਾ ਕੋਈ ਨਹੀਂ ਸਾ ਕੋਈ ਮੇਲਾ ਬਣਾ ਪਿਆ ਜਿਹੜਾ ਕਿਸੇ ਨਾਲ ਮੈਂ ਭੇਜਾਂ ਇਹ ਚੈੜੀ ਨਹੀਂ ਮੈਲੀ ਮੈਲੀ ਹੈ ਰਹਿਣਾ ਤੁਸੀਂ ਤੱਕ
ਕੱਪੜਾ ਪਾਇਆ ਅਸਲ ਫਸਲ ਨਾ ਬਾਨਾ ਜਿਹੜਾ ਇਹ ਰੰਗ ਇਸ ਅਸਲ ਦਾ ਆ ਕੀ ਹੈ ਇਹ ਸਟicker ਲੱਗਾ ਸੀ ਅੱਛਾ ਹਾਂ ਲੱਗਾ ਅਸਲ ਥਨੇ ਤੇ ਸਟicker ਦਾਗ ਕੇ ਦਾਗ ਹੈ ਸਟicker ਸੀ ਕੱਪੜੇ ਦਾਗ ਨਾ ਇਹ ਕਿਹੜਾ ਦਾਗ ਹੈ ਜਿਹੜਾ ਕਿਹੜੇ ਸਟicker ਨਾ ਸਟicker ਸੀ ਆਪਾਂ ਲਾਇਆ ਪਰ ਇਸ ਕੀ ਤੋਈ ਤੇ ਕੱਢ ਦਾਗ ਇਹ ਨਿਕਲ ਜਾਂਦੀ ਸਮਾਂ ਨਹੀਂ ਉਹ ਲਾਸੀ ਨਾ ਕਿ ਹੁਣ ਤੂੰ ਧੋਣਾ ਨਾ ਸੀ ਪਹਿਲਾਂ ਉੱਪਰ ਚਾਹੀਦਾ ਉੱਪਰ ਪਾਈਆਂ ਇੱਕ ਫੇਰ ਚੈੱਕ ਸਲਾਈਆਂ ਠੀਕ ਹਨ ਮਾਸ਼ਾਅੱਲਾ ਪਰ ਜਿਹੜਾ ਨਾ ਇਹ ਉਹਦਾ ਕੋਲੇ ਜਾ ਸਟicker ਉੱਤੇ ਉੱਪਰ ਉੱਪਰ ਚੈਨ ਨਾਲ ਰੱਖੇ ਨਾ ਆਪਣੇ ਟੱਕਰੇ ਆ ਇਸ ਤਰ੍ਹਾਂ ਦਾ ਬਗੈਰ ਕਾਲਰਾਂ ਤੋਂ ਜੀ ਇਹਨਾਂ ਨੇ ਯਾਨੀ ਪੈਂਟ ਕਾਲਰ ਕੋਲ ਸੋਹਣੇ ਸੋਹਣੇ ਲੱਗੇ ਨੇ ਪੂਰੀ ਆਈ ਜਾਂ ਅੱਲਾਹ ਦਾ ਨਾ ਦਿੱਤਾ ਨਾ ਤੂੰ ਨਾ ਵਾ ਤਾਂ ਦਿੱਤਾ ਨਾ ਪਰ ਸ਼ੱਕ ਜਾ ਪੈਣਾ ਪਿਆ ਜਾਏ ਚਲੋ ਹਾਂਜੀ ਵੀ ਬਸ ਸੂਟ ਮੁੜੀ ਪੈਕ ਹੋਈ ਗਏ ਪਰ ਹਲੇ ਨਹੀਂ ਜਾਂ ਥੋੜ੍ਹਾ ਜਿਹਾ ਸ਼ੱਕ ਹੈ ਕਿ ਮੈਂ ਜਿਹੜਾ ਇਸਕੀ ਨਾਪ ਦਿੱਤਾ ਸੀ ਇਹ ਕੋਈ ਛੋਟਾ ਨਾਪ ਨਾ ਨਿਕਲਿਆ ਕਿਉਂਕਿ ਅਲਹਮਦੁਲਿਲਾ ਮਾਸ਼ਾਅੱਲਾ ਮਾੜਾ ਉੱਤਰ ਥੋੜ੍ਹਾ ਮੋਟਾ ਜਿਹਾ ਅਤੇ ਨਹੀਂ ਪਤਾ ਲੱਗਣਾ ਸੀ ਕਿ ਪਤਲੇ ਜਿਹੇ ਕੱਪੜੇ ਕੱਪੜਾ ਚਲੋ ਤੱਕਣੇ ਹਾਂ ਇਹ ਟੈਸਟ ਕਰਨੇ ਹਾਂ ਤਾਂ ਫਿਰ ਜੇ ਤਾਂ ਠੀਕ ਹੋਈ ਗਏ ਤਾਂ ਫਿਰ ਤੋਰ ਦੇਣੇ ਆ ਨਹੀਂ ਤਾਂ ਫਿਰ ਤੱਕਣੇ ਹਾਂ ਕਿਆ ਹੋਣਾ ਚੇਂਜ ਕਰਾਉਣਾ ਤਾਂ ਸੀ ਡਰੈਸ ਹਾਂ ਪੈਕ ਕਰੀ ਛੋੜੋ ਘੜੀ ਹੋਰ ਵੀ ਵਾਰ ਸੂਟ ਚਾਹੀਦੀ ਦੇਣ ਤਾਂ ਹੁਣ ਜੁੱਲੇ ਹਾਂ ਵਾਪਸ ਆਪਣੇ ਇੱਥੇ ਯਾਨੀ ਕੈਰਮ ਪਰ ਜੁੱਲੇ ਹਾਂ ਤਾਂ ਇੱਕ ਹੋਰ ਦਰਜੀ ਹੈ ਉਸਦੇ ਕੋਲ ਇੱਧਰ ਇੱਕ ਜਵਾਨ ਖਲਤਾ ਵਾ ਅੱਜ ਤਨਵੀਰ ਨੇ ਹੋਟਲ ਪਰ ਸਬਜ਼ੀ ਸਬਜ਼ੀ ਲਾਈ ਲਈ ਕੱਢੋ ਤੂੰ ਹਾਂ ਹੁਣ ਕੱਢੋ 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 ਨਾ ਹੁਣ ਕੱਢ ਲੈ ਹੁਣ ਮਾਰ ਚੱਕੜੇ ਸੁੱਟਾ ਉਹ ਮੈਂ ਉੱਧਰ ਕੈਮਰਾ ਕਰੀ ਕਿੰਦਾ ਨਾ ਸੁੱਟਾ ਮਾਰੋ ਨਾ ਤੂੰ ਕੱਢੋ ਨਾ ਐਵੇਂ ਸਾਹਨੇ ਪੇ ਸਿਗਰਟ ਤੁਸੀਂ ਕੰਮ ਨਹੀਂ ਕਰੋ ਇਹ ਜਨਾਬ ਮੈਂ ਆਪਣੇ ਪੁਰਾਣੇ ਸਾਬਕਾ ਆਪਣੇ ਹੋਟਲ ਪਰ ਖਲਤਾ ਵਾਂ ਤਨਵੀਰ ਵਾਲੇ ਪਰ ਯਾਰ ਇਹ ਨਹੀਂ ਦਿਆਣਾ ਨਹੀਂ ਆਲੂ 150 ਰੁਪਿਆ ਕਿਲੋ ਆਲੂ ਵੀ 200 ਹੈ ਆਮ ਹੀ 200 ਆਲੂ ਮੈਂ ਜਾ ਆਪਣੇ ਘਰਾਂ ਨੇ ਰੱਖਿਆ ਮਾਸ਼ਾਅੱਲਾ ਆਮ ਆਇਆ ਵਾ ਜੀ ਤਾਜ਼ਾ ਆਮ 200 ਰੁਪਿਆ ਕਿਲੋ ਇਹ ਵੀ 200 ਰੁਪਿਆ ਕਿਲੋ 200 ਰੁਪਿਆ ਕਿਲੋ ਆਲੂ ਵੀ 200 ਰੁਪਿਆ ਕਿਲੋ ਅਲ ਬੁਖਾਰਾ ਵੀ 200 ਰੁਪਿਆ ਕਿਲੋ ਇਹ ਵੀ 200 ਰੁਪਿਆ ਕਿਲੋ 400 ਅਲ ਬੁਖਾਰਾ ਮਹਿੰਗਾ ਅਸਾਂ ਖਾਲੀ ਆਮ ਦਿਖੇ ਸਾਂ ਕੱਟ ਸਾਂ ਮੈਂ ਆਪੂ ਅੰਬ ਠੀਕ ਆ ਜੀ ਹੋਰ ਇਹ ਅੰਬ ਕਿੰਨੇ ਨੇ 5 ਕਿਲੋ ਗੁੱਛੀਆਂ ਦੋਏ ਡਬਲ ਕਰਿਆ ਜੇ ਕਰੇ ਡੁੱਲਣ ਨਾ 5 ਕਿਲੋ ਅੰਬ ਚਾਹੀਦੇ ਖਾਣੇ ਵਾਸਤੇ ਅੰਬ ਥੇ ਨੇ ਨਿੱਕਾ ਦੱਖ ਨੇ ਨਿੱਕਾ ਜਣਾ ਬੜਾ ਜਣਾ ਹੈ ਦੱਖ ਨੇ ਇਹ ਦੋ ਅੰਬ ਵੇਚਣੇ ਪਏ ਅੱਜ ਪੱਲੇ ਪੱਲੇ ਚੰਗੇ ਅੰਬ ਬੱਚਿਆ ਸਾਈ ਜੀ ਬੱਚਿਆ ਉੱਥੇ 4 ਅੰਬ ਲੱਭਣੇ ਜਨਾਬ 4 ਅੰਬ 10 ਪੌਂਡਾਂ ਨੇ 11 ਪੌਂਡਾਂ ਨੇ 9 ਨੇ 8 ਨੇ ਫਿਰ 8 ਪਰ ਰੇਟ ਹੋਣਾ ਲੈਣਾ 4 ਤੇ ਦੇਣ ਇੱਥੇ ਤਾਂ ਮਿਹਨਤ ਕਿਣੀ ਜਾਸਾਂ ਤੇ ਬਾਕੀ ਕੋਲ ਖਰਚੀ ਨੇ ਮਾਵਾ ਇਹ ਬਾਉਣਾ ਖਾਲੀ ਮੈਂ ਕਿਣੀ ਜਾਸਾਂ ਨਾ ਤੇ ਬਾਕੀ ਕੋਲ ਖਰਚੀ ਨੇ ਕਮਰ ਪੈਸੇ ਕਹਿਣ ਦੇ ਭੇਜ ਦਿਆ ਕਰਦਾ ਇਧਰੋਂ ਜਿਹੜਾ ਕਾਰਗੋ ਕਰੀ ਉੜਿਆ ਕਰਦਾ ਤਾਂ ਕਿਸੇ ਕਿਹੜਾ ਮਾੜੀ ਚਾਹ ਤਿਆਰ ਕਰਨੀ ਤੇ ਮਾੜੀ ਭਾਂਜੀ ਨਹੀਂ ਹੈਲੋ ਕੀ ਹਾਲ ਹੈ ਠੀਕ ਹੋ ਚਾਹ ਤਿਆਰ ਹੋ ਗਈ ਇਹ ਵਾਰ ਚਾਹ ਰੈਡੀ ਅਗਰ ਪੀਣੀ ਹੋ ਤਾਂ ਚੋਏ ਪੇਸ਼ੀ ਨਹੀਂ ਚਾਹ ਨੇ ਪਰ ਇਹ ਦਿਗਰ ਹੋਣੀ ਨਹੀਂ ਤੇ ਯਾਨੀ ਅਸਰ ਨਾ ਟਾਈਮ ਨੇੜਾ ਲਗਾ ਵਾ ਅੱਜ ਸਕੂਲ ਗਏ ਸੋ ਨਹੀਂ ਅੱਜ ਛੁੱਟੀ ਕੀਤੀ ਨੇ ਆਲਾ ਮਾਮਾ ਨੇ ਸੀ ਛੁੱਟੀ ਕਰਤ ਬਾਕੀ ਗਰਮੀ ਸੀ ਆਲਾ ਆ ਕਿਲੋ ਨਿਕ ਵਰੀ ਪਲੀਜ਼ ਆਈ ਜੈਨ ਕਿ ਲਾਈਕ ਐਂਡ ਸਬਸਕ੍ਰਾਈਬ ਕਰ ਸ਼ੇਅਰ ਕਰ ਥੈਂਕ ਯੂ ਵੈਰੀ ਮਚ
ਵਿਊਅਰਸ ਇਹ ਮੈਂ ਆਈ ਗਿਆ ਨੇ ਆਤਫ ਨੇ ਡੇਰੇ ਪਰ, ਯਾਨੀ ਚਾਚੇ ਰਿਆਸਤ ਵਾਲੇ ਡੇਰੇ ਪਰ, ਚੌਧਰੀ ਇਰਫਾਨ ਉਸਨੇ ਡੇਰੇ ਪਰ, ਉਹਨਾਂ ਨਾਲ ਡੇਰਾ ਕਿਹਾ ਸੀ ਨਾ ਕਿ ਉਹਨਾਂ ਨਾਲ ਮਿਨੀ ਮਾਰਕੀਟ। ਇਹ ਡੰਗਰ ਤੁਸੀਂ ਜਿਤਨੇ ਦਿਸਣੇ, ਬੱਕਰੇ ਸ਼ਕਰੇ ਦਿਸਣੇ, ਇਹ ਤਕਰੀਬਨ ਸਾਰੇ ਵਿਕੇ ਹੋਏ। ਇਹਨਾਂ ਵਿੱਚੋਂ ਲਾਲੇ ਨੰਬਰ ਵੀ ਦੱਸਿਆ ਕਿ ਇਹ ਇੱਕ ਬੈੜਾ ਰਹਿ ਗਿਆ, ਇਹ ਚਿੱਟਾ ਚੀਣਾ ਜਿਹਾ, ਅੱਗੋਂ ਚੀਣਾ ਆਇਆ ਤਾਂ ਪਿੱਛੋਂ ਡੱਬਾ ਮੂੰਹ ਇਸ ਨਾਲ ਚੀਣਾ ਆਇਆ, ਤਾਂ ਇਹ ਇੱਕ ਰਹਿ ਗਿਆ। ਬਾਕੀ ਇਹ ਸਾਰੇ ਡੰਗਰ ਵਿਕੇ ਹੋਏ, ਬੱਕਰੇ ਵੀ ਸਾਰੇ ਵਿਕੇ। ਬੱਕਰਾ ਕਿਹੜਾ ਕਿਹੜਾ ਰਹਿ ਗਿਆ ਲਾਲਾ ਨੰਬਰ? ਬੱਕਰਾ ਇੱਕ ਰਹਿ ਗਿਆ ਪਲਾਈ ਵਾਲਾ, ਆਏ ਚੀਣਾ ਜਾ ਵਿਕਿਆ ਵਾ। ਇਹਨਾਂ ਵਿੱਚ ਦੋ ਰਾਜਨਪੁਰੀ ਬੱਕਰੇ ਸਨ, ਉਹ ਵਿਕੀ ਗਏ, ਤੇ ਉਹ ਜਿਹੜੇ ਸਿੰਗਲੂ ਬੱਕਰੇ ਨੇ, ਸਿੰਧੀ ਬੱਕਰੇ ਨੇ ਸਾਰੇ, ਉਹ ਵਿਕੇ ਹੋਏ। ਯਾਨੀ ਇਹ ਰਾਜਨਪੁਰੀ ਦੋ ਦਿਸਣੇ ਪੈਣੇ, ਇਹ ਵਿਕੇ ਹੋਏ ਤਕਰੀਬਨ। ਇਹ ਕਹਿੰਦਾ ਇਹ ਬੜਾ ਬੱਕਰਾ ਹੈ ਜੀ, ਮਾਸ਼ਾਅੱਲਾ। ਤਾਂ ਦੋ ਬੱਕਰੇ ਵੀ ਹੁਣ ਹੋਰ ਦੱਸੇ, ਆਉਣਦੇ ਤਾਂ ਆਉਣੇ ਤੋਂ ਪਹਿਲਾਂ ਹੀ ਜਿਹੜਾ ਨਾ ਲੋਕਾਂ ਫੋਟੋ ਤੱਕੀ ਤਾਂ ਉਹ ਖਰੀਦਣਗੇ, ਵਿਕੀ ਗਏ। ਯਾਨੀ ਕਿ ਉਹ ਬੱਕਰੇ ਮੈਂ ਸਵੇਰੇ ਦੱਸਾਂ ਜੀ, ਇੱਥੇ ਆਏ ਤਾਂ ਅਸੀਂ ਜਾ ਉੱਥੋਂ ਚਾਹ ਕੋਣੀ ਹਨ, ਚਾਹ ਸਾਂ ਅਤੇ ਖਾਣ ਸਾਂ ਜ਼ਰੂਰ। ਇਹ ਲਾ ਇਹ ਚੀਨਾ ਜਿਹਾ, ਠੀਕ ਲਾ, ਇਹ ਰਹਿ ਗਿਆ ਜੀ ਕੇ ਜੀ। ਇਹ ਵੀ ਤਕੜਾ ਬੱਕਰਾ ਹੈ ਮਾਸ਼ਾਅੱਲਾ। ਮਣੇ ਨੇ ਲਗਭਗ ਕਿਲੋ ਉੱਪਰ ਹੋਣਾ, ਕਿਲੋ ਥੱਲੇ ਹੋਣਾ, ਇਸ ਨਾਲ ਐਸੀ ਮਰਜ਼ੀ ਹੈ, ਪਰ ਇਤਨਾ ਬੱਕਰਾ ਕਿਆ ਹੈ। ਇਹ ਥੋੜ੍ਹਾ ਜਿਹਾ ਘੱਟ ਹੋ ਜੀ, ਛੱਟਾ ਥੋੜ੍ਹਾ। ਇਹ ਕੀ ਰਹਿ ਗਿਆ? ਇਹ ਵੀ ਮਨੂ ਘੱਟ ਹੈ ਜੀ, ਕੋਲ ਕਾਲੀਆ ਬੜਾ ਘੱਟ ਹੈ। ਮਾੜਾ ਅੰਦਾਜ਼ਾ ਜਿਸ ਤਰ੍ਹਾਂ 35-36 ਕਿਲੋ ਹੋਣਾ ਚਾਹੀਦਾ ਹੈ ਜੀ। ਕਿਆ ਖਿਆਲ ਹੈ? ਤਕਰੀਬਨ 30 ਕਿਲੋ ਸੀ। ਤਾਂ ਇਹ ਮਣੇ ਦਾ ਆਇਆ, ਇਹ ਮਣੇ ਨੇ ਕੋਲ ਹੀ ਆ ਨਾ, ਕਿਉਂਕਿ ਤਗੜਾ ਉੱਚਾ ਬੱਕਰਾ, 30-36 ਮਣ ਵੀ ਤੁਲੀ ਸਕਣਾ, ਬਸ 30-36 ਬੱਕਰਾ ਆਇਆ। ਮਾਸ਼ਾਅੱਲਾ ਜੀ, ਇਹ ਤਰ੍ਹਾਂ ਬੱਕਰੇ ਦੇ ਗਏ ਨੇ, ਤੇ ਇਹ ਕੇ ਬੈੜਾ ਜਿਹੜਾ ਤੁਸੀਂ ਦੱਸਿਆ ਚਿੱਟਾ, ਮਾਸ਼ਾਅੱਲਾ ਤਗੜਾ ਬੈੜਾ ਜੀ ਇਹ ਵੀ। ਪੱਕੀ ਸਕਣੇ ਦਾ ਤਕਰੀਬਨ 4-5-4-7 ਕਿਲੋ, 4.25 ਯਾਨੀ ਕਿ 80-80। ਲਾਂਭ ਵੀ ਚੰਗੀ ਹੈ ਮਾਸ਼ਾਅੱਲਾ, ਫਲ ਵੀ ਚੰਗਾ ਆ, ਸ਼ਕਲ ਵੀ ਮਾੜੀ ਨਹੀਂ, ਮਾਸ਼ਾਅੱਲਾ ਤਗੜਾ ਆ। ਐਦਰੀ ਆਹਾ ਆਹਾ, ਇਹ ਬੇੜਾ ਇੱਕ ਰਹਿ ਗਿਆ ਜੀ ਇਸ ਪੂਰੀ ਮਾਰਕੀਟ ਵਿੱਚ, ਇੱਕ ਬੇੜਾ ਬਚਿਆ ਵਾ। ਤਾਂ ਅੱਜ ਜਣੇ ਦੋ ਗਏ ਵੇ ਲਾਹੌਰ ਮੰਡੀ ਕਰਨ ਵਾਸਤੇ, ਤਾਂ ਇਸ ਕਰਕੇ ਲਾਹੌਰ ਤੋਂ ਗਿਆ ਮੱਲੂ ਮੋੜ ਵੀ ਜਾਣ। ਉਹ ਜਨਾਬ ਮੁੜਸੋਂ ਤਾਂ ਹੀ ਕਿ ਉਹਨਾਂ ਕੀ 15-20 ਡੰਗਰ ਲੱਭ ਸਨ, ਤਾਂ ਐਵੇਂ ਨਹੀਂ ਮੁੜਨ ਲੱਗੇ। ਕਿਉਂ ਜੀ, ਕੱਲਾ ਤਗਰ ਮੁੜੀ ਸਨ? ਅੱਲਾ ਖੈਰ ਕੀਤੀ, ਕੱਲ੍ਹ ਦੋ ਗੱਡੀਆਂ ਭਰਾਈਆਂ ਸਨ ਜਿੱਥੇ, ਤਾਂ ਹੋ ਸਕਣਾ ਬੜੀ ਗੱਡੀ ਉਹਨੇ ਕਰਨੀ ਪਿਆ। ਜੇ 15-20 ਡੰਗਰ ਇਕੱਠੇ ਹੋ ਗਏ ਤਾਂ ਜ਼ਰਾ ਬੜੀ ਗੱਡੀ ਅਸੀਂ ਫਿਰ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਹ ਤਕਰੀਬਨ ਲਾਲੇ ਅਨਵਰ ਦੀ ਡਿਊਟੀ ਹੈ ਕਿ ਇਹਨਾਂ ਕੀ ਖਾਣਾ ਪਾਉਣਾ, ਕਿਉਂਕਿ ਜਦ ਲੋਕਾਂ ਖੜੇ ਕੋਈ ਨਹੀਂ ਇੱਥੋਂ, ਕੁਝ ਤਾਂ ਇੱਥੇ ਹੀ ਰਸਣ, ਇੱਧੀ ਤੱਕ ਤਾਂ ਕੁਝ ਜਾ ਸਕਣ, ਬਰਾਲ ਬੱਲੇ ਬੱਲੇ ਜਾਣ ਪਏ। ਉਹ ਕਾਲਾ ਬੇੜੇ ਜਿਹੜੇ ਨਾ ਦੋਏ ਵਿਕੇ ਹੋਏ, ਪਹਿਲੇ ਨਹੀਂ ਵਿਕੇ, ਉਸ ਮੈਂ ਤੱਕੀ ਗਿਆ ਸਾਂ। ਉਧਰ ਅੰਦਰ ਜਿਹੜੇ ਡੰਗਰ ਬੱਦੇ ਉਹ ਵਿਕੀ ਗਏ। ਹੁਣ ਚੁੱਲ੍ਹੇ ਆਪਾਂ ਨੂੰ ਬਾਜ਼ਾਰ, ਕਿਉਂਕਿ ਗਿਆ ਸਾਂ ਪਰ ਹੱਥ ਆਪਣੇ ਡੇਰੇ ਪਰ, ਕੋਈ ਮੈਂ ਵੀਡੀਓ ਸ਼ੀਡੀਓ ਉਸ ਟਾਈਮ ਡੰਗਰਾਂ ਨੇ ਬਣਾ, ਬਰਾ ਲਓ ਸਾਰੇ ਵਿਕੇ ਸਨ, ਤਾਂ ਸੋ ਕੋਈ ਵਾਜ਼ਿਆ ਜੀ ਨਹੀਂ ਬਣਾਈ। ਤਾਂ ਹੁਣ ਚੁੱਲ੍ਹੇ ਆਪਾਂ ਤੱਕਣਿਆ ਕਿ ਆਉਣਾ ਪਿਆ ਬਾਜ਼ਾਰ, ਕੋਈ ਡੰਗਰ ਮੈਂ ਵੀ ਤੱਕਣਾ, ਆਪਣੇ ਤੱਕਣ ਪਾਣੀ ਵਾਸਤੇ ਕੋਈ ਪਸੰਦ ਆਈ ਗੱਲ ਆ ਕਰਾ। ਤਾਂ ਅਸਲਾਮੁ ਅਲੈਕੁਮ, ਕੀ ਹਾਲ ਹੈ? ਠੀਕ ਹੋ? ਖੈਰੀ ਮੇਰੀ ਹੋ? ਕੁਦਰ ਫਿਰੀ ਆਇਓ।
ਬਾਜ਼ਾਰ ਵੀ ਵਰੇ ਪਹੁੰਚਿਆ ਮੁੜੀ ਤਾਂ ਮੈਂ ਡੋਰ ਨੇ ਡੇਰੇ ਪਰ ਡੋਰੇ ਨੇ ਗਾਹਕੀ ਅੱਜ ਇਹ ਤਾਂ ਕਿਸੇ ਕਿਸੇ ਕਿਸ ਤਰ੍ਹਾਂ ਇਕੱਠੇ ਹੋਣੇ ਹੋਏ ਗਾਹਕੀ ਪਰ ਗਾਹਕੀ ਆ ਸਾਡੇ ਬੈਡੇ ਨਵੇਂ ਆਉਂਦੇ ਤਲੇ ਤਲਾ ਗੰਗੀ ਬੈਡੇ ਇਹ ਫਤਿਹ ਜੰਗੀ ਨਹੀਂ ਤਲਾ ਗੰਗੀ ਆ ਜਨਾਬ ਪੰਜ ਬੈਡੇ ਚਾਰ ਬਾਹਰ ਬੰਦੇ ਵਿੱਚ ਅੰਦਰ ਹੈ ਸੁਣਾਓ ਬਾ ਤੁਸੀਂ ਕਿਹੜਾ ਪਸੰਦ ਆ ਠੀਕ ਇੱਕ ਪੰਜਾਬ ਇੱਧਰ ਬੈਠਾ ਵਾ ਬਹਿਣਾ ਹੀ ਹੈ ਮੀਂਹ ਮੁੜੀ ਥੋੜ੍ਹੀ ਜਿਹੀ ਸੁਣਾ ਕਸਮ ਸੇ ਆਏ ਹਾਏ ਆਏ ਹਾਏ ਆਏ ਹਾਏ ਟੱਕਰਾਂ ਵੀ ਮਾਰਨਾ ਜੀ ਇਹ ਤਾਂ ਕੀ ਸਕਦੇ ਹੋ ਆਹਾ ਬੱਲੇ ਉਹ ਬੱਲੇ ਇੱਕ ਬਹਿਣਾ ਆਇਆ ਤਾਂ ਜੀ ਜਿਹੜਾ ਮੈਂ ਸਾਂ ਗਾਏ ਪੈ ਇਹ ਬਹਿਣਾ ਮਾਸ਼ਾ ਅੱਲਾ ਏ ਲਾਣੀ ਲਾ ਆਇਓ ਲਾਣੀ ਲਿਆ ਆਹਾ ਸੁਣਾਓ ਪਣਿਆ ਕਿਆ ਗੱਪ ਹੈ ਗੱਲਬਾਤ ਹੋਈ ਜਵਾਨ ਤੋਂ ਆਇਆ ਤੇ ਮੌਲਾਨਾ ਸਾਹਿਬ ਸਨ ਜਵਾਨ ਬਾਲ ਬੜੇ ਬੜਿਆ ਲਾ ਹਾਂ ਪਣਿਆ ਹੋਈ ਗਈ ਗੱਲ ਮੁੱਕੀ ਗਿਆ ਕਿਹੜਾ ਕਿਹੜਾ ਪਸੰਦ ਕੀਤਾ ਨੇ ਬਸ਼ਕਾਰ ਲਾ ਜਾਈਏ ਸਿਰੇ ਲਾ ਸਿਰੇ ਦਾ ਡੱਬਾ ਬੈੜਾ ਜੀ ਅਸੀਂ ਗੱਲ ਇਹ ਬੈੜਾ ਜੀ ਅਸੀਂ ਮੈਂ ਵੀਡੀਓ ਸਵੇਰਾ ਸਹੀ ਨਹੀਂ ਸੀ ਬਣਾਈ ਇਹ ਤਾਂ ਕਿਸੇ ਕਹਿੰਦੇ ਇੱਕ ਬੜਾ ਬੈੜਾ ਸਾਰਿਆਂ ਵਿੱਚ ਹੀ ਆਈ ਹੈ ਤਕੜਾ ਵੀ ਹੈ ਅਤੇ ਕੀਮਤਾਂ 'ਚ ਵੀ ਭਰੇ ਹੈ ਸਾਰਿਆਂ ਕੋਲੋਂ ਹੈ ਜੀ ਕਿਤਨਾ ਹੋ ਤੁਹਾਨੂੰ ਅਸੀਂ ਬੈੜੇ ਨਾ ਸਵਾ ਚਾਰ ਮਾਂ ਇਹ ਥੋੜ੍ਹਾ ਜਿਹਾ ਵੇਟੂ ਘੱਟ ਹੈ ਪਰ ਬੈੜਾ ਸੋਹਣਾ ਚੰਗਾ ਆਇਆ ਹੈ ਇਹ ਕਿ ਥੋੜ੍ਹਾ ਥੱਲਿਓਂ ਚਿੱਟਾ ਚੀਣਾ ਜਿਹਾ ਤਾਂ ਤੂੰ ਕਾਲਾ ਆ ਇੱਕ ਹੈ ਭੋਰ ਕਾਲਾ ਵੱਧਾ ਵਾ ਐਸ ਚਾਹ ਨੇ ਸਾਹਮਣੇ ਇਹ ਮਾਸ਼ਾਅੱਲਾ ਤਗੜਾ ਬੈੜਾ ਆ ਇੱਕ ਹੋਰ ਲਗਾ ਰਾਸ਼ੂ ਰਾਸ਼ੂ ਕਿਹੜਾ ਕਿੰਨਾ ਪੰਦਰਾਂ ਇਹ ਰਾਸ਼ੀ ਆਖਣਾ ਸੀ ਮੈਂ ਰਾਸ਼ੀ ਚੱਲ ਤਾਂ ਕਿਹੜਾ ਆ ਆਓ ਜੀ ਵਾਹਿਗੁਰੂ ਅੱਲਾ ਮਾੜੀ ਬੜੀ ਹੈਲਪ ਕਰਨੇ ਨਾ ਹਰ ਵੇਲੇ ਪਰ ਅਸਾਂ ਨਾ ਸ਼ੁਕਰੀਆ ਕਿਤਾ ਸ਼ੁਕਰ ਹੀ ਨਦਾ ਕੀਤਾ ਪੂਰਾ ਇਹ ਕੀ ਹਾਲ ਆ ਹਾਂਜੀ ਵੀਰ ਡਿਨਰ ਟਾਈਮ ਰੋਟੀ ਗੋਸ਼ਤ ਨਾਲ ਸਲਾਦ ਖਾਣਿਆ ਤਾਂ ਛੋ ਨਹੀਂ ਤਾਂ ਮੈਂ ਖਾਣ ਵਾਲਾ ਨੇ ਕਿਉਂਕਿ ਲੱਗੀ ਵੀ ਭੁੱਖ ਇੱਧਰ ਮੁੰਡੇਰ ਮਾੜਾ ਤਾਂ ਜੁੜਿਆ ਵਾ ਇਹ ਤਾਂ ਸ਼ੁਰੂ ਕੀਤੀ ਵੀ ਮਿਹਨਤੀ ਕਸ਼ੀ ਕਰ ਲਾਈ ਰਿਹਾ ਤਾਂ ਰੋਟੀ ਖਾਣਾ ਮੈਂ ਡਿਨਰ ਟਾਈਮ ਬਣ ਗਿਆ ਬਿਸਮਿਲ੍ਲਾਹਿ ਰਹਿਮਾਨ ਰਹੀਮ ਰੋਟੀ ਛੱਟੀ ਖਾਈ ਰਿਹਾ ਕਿਸੇ ਨੂੰ ਤਾਂ ਮੁੱਕੀ ਗਿਆ ਹੁਣ ਚੁੱਲ੍ਹੇ ਆ ਸ਼ੀਲਾ ਕਿੱਡੀ ਨਾ ਕਰ ਲਿਆ ਸ਼ੀਲਾ ਨੂੰ ਆਵਾਜ਼ ਦੱਸਣਾ ਪਿਆ ਆਈ ਗਈ ਸ਼ੀਲਾ ਬਿਸਮਿਲ੍ਲਾ ਖਾ ਸ਼ੀਲਾ ਅੱਜ ਡੀਆਂ ਛੱਡੀਆਂ ਇੱਥੇ ਜਾਣੇ ਵਿੱਚ ਮਾਸ਼ਾ ਅੱਲਾ ਖਾਣੀ ਪੀ ਜੀ ਇਹ ਬਾਹਰ ਨਾ ਵੀ ਹੋਈ ਜੀ
ਅੱਜ ਟੈਂਪਰੇਚਰ 36 ਭਰਿਆ, ਪਰ ਪੜਾਅ ਚੈੱਕ ਕੀਤਾ ਸੀ ਜਿਸ ਤਰ੍ਹਾਂ ਹਵਾ ਖਲੀ ਗਈ ਸੀ, ਕੁਛ ਚੱਲੀ ਨਹੀਂ ਸਹੀ ਹਵਾ ਜੀ, ਤਾਂ ਅੱਜ ਤੱਕ ਪਤਾ ਹੀ ਆ ਲੱਗਣਾ ਭਾਈ ਅੱਜ ਤੱਕ ਸਕਦੇ ਚੜ੍ਹ ਪਏ ਹੋਏ ਪੂਰੇ, ਬਲਕਿ ਸਮਾਨਾਂ ਪਰ ਚੜ੍ਹ ਹੋਈ ਗਏ। ਹਾਂਜੀ ਵੀਵਰਸ, ਅੱਜ ਨਾ ਵਲੋਗ ਵਿੱਚ ਥੱਕਿਆ ਹੋ ਸੀ, ਮੈਂ ਉਮੀਦ ਕਰਨਾ ਹੈ ਕਿ ਸਗੀ ਚੰਗਾ ਲੱਗਾ ਸੀ। ਅਗਰ ਚੰਗਾ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਕਰਿਆ ਹੈ, ਅਤੇ ਜਿਹੜਾ ਕੋਈ ਮਾਡਲ ਨਵਾਂ ਜੁੜਿਆ ਪਲੀਜ਼ ਵੀ ਸਬਸਕ੍ਰਾਈਬ ਵੀ ਕਰਿਆ ਹੈ। ਵਿਕੀ ਦਿਓ ਇਜਾਜ਼ਤ, ਅੱਜ ਨਾ ਵਲੋਗ ਮੈਂ ਇੱਥੇ ਹੀ ਖਤਮ ਕਰਨਾ ਆ, ਕਿਉਂਕਿ ਹੁਣ ਟਾਈਮ ਹੋ ਗਿਆ ਇਸ਼ਾ ਨਾ ਸਾਨਾ ਹੋਣੀਆਂ ਵੀ ਆ, ਬਾਹਰ 9 ਪੂਰੇ ਬਚੀ ਗਏ, ਮੈਂ ਨਮਾਜ਼ ਪੜ੍ਹਸਾਂ ਤਾਂ ਫਿਰ ਪੂਰਾ ਜਾਣਾ ਥੋੜ੍ਹਾ ਜਿਹਾ ਉੱਤਰ ਜਾ ਸਾਂ ਤਾਂ ਫਿਰ ਮੁੜ ਚਲ ਸੈਸਾਂ, ਕਿਉਂਕਿ ਟਾਈਮ ਕਾਫੀ ਲੇਟ ਹੋ ਜਾਣਾ। ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਮਿਲ ਸਾਂ ਕੱਲ੍ਹ ਇੱਕ ਨਵੇਂ ਵਲੋਗ ਨਾਲ। ਹੁਣ ਦਿਓ ਮੈਨੂੰ ਇਜਾਜ਼ਤ, ਅੱਲਾ ਸੋਹਣੇ ਨੇ ਵਾਲਾ ਹੈ, ਦੁਆਵਾਂ 'ਚ ਮੈਨੂੰ ਯਾਦ ਰੱਖਿਆ ਹੈ, ਤਾਂ ਆਪਣਾ ਬਹੁਤ ਬਹੁਤ ਖਿਆਲ ਰੱਖਿਆ ਹੈ, ਖੁਦਾ ਹਾਫਿਜ਼।